ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ ਸੋ ਦੋਸਤੋ ਬਹੁਤ ਸਾਰੇ ਕੈਂਡੀਡੇਟਸ ਦੀ ਇਹ ਕੁਐਰੀਸ ਆ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਜੋ ਆਪਾਂ ਸੀਨੀਅਰ ਅਸਿਸਟੈਂਟ ਦਾ ਠੀਕ ਹੈ ਜੀ ਸੀਨੀਅਰ ਅਸਿਸਟੈਂਟ ਦਾ ਜੋ ਅੱਜ 198 ਪੋਸਟਾਂ ਦਾ ਜੋ ਨੋਟੀਫਿਕੇਸ਼ਨ ਪੀਪੀਐਸਸੀ ਨੇ ਅਨਾਉਂਸ ਕੀਤਾ ਵਾ ਉਹਦੇ ਰਹੀ ਜੋ ਉਹਦੀ ਫੀਸ ਨੂੰ ਲੈ ਕੇ ਥੋੜੇ ਜਿਹਾ ਡਾਊਟ ਆ ਰਹੇ ਆ ਸਾਰੇ ਕੈਂਡੀਡੇਟਸ ਨੂੰ ਕਿ ਇਹਦੇ ਲਈ ਮੰਨ ਲਓ ਕਿ 8 ਡਿਪਾਰਟਮੈਂਟਸ ਨੇ ਸੋ 8 ਡਿਪਾਰਟਮੈਂਟਸ ਨੇ ਸੋ ਸਾਰਿਆਂ ਲਈ ਅਲੱਗ-ਅਲੱਗ ਆਪਾਂ ਨੂੰ ਫੀਸ ਪੇ ਕਰਨੀ ਪਵੇਗੀ ਜਾਂ ਜਿਹੜੇ 8 ਡਿਪਾਰਟਮੈਂਟ ਨੇ ਸਾਰਿਆਂ ਲਈ ਅਲੱਗ-ਅਲੱਗ ਫੀਸ ਪੇ ਕਰਨੀ ਪਵੇਗੀ ਜਾਂ ਆਪਾਂ ਨੂੰ ਇੱਕ ਸਿੰਗਲ ਹੀ ਫੀਸ ਹੀ ਪੇ ਕਰਨੀ ਪਵੇਗੀ ਤੇ ਸਿਰਫ ਤੇ ਜ਼ਰੂਰ ਅਪਲਾਈ ਆਪਾਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਕਰਨਾ ਸੋ ਇਹਦੇ ਅਕੋਰਡਿੰਗ ਇਹਨਾਂ ਦੀ ਨਾ ਇੱਕ ਇਨਸਟਰਕਸ਼ਨ ਆਈ ਹੋਈ ਆ ਜਿਹੜੀ ਇਸ ਸਾਈਡ ਦੇ ਉੱਤੇ ਪਈਆ ਆਫੀਸ਼ੀਅਲੀ ਤੁਸੀਂ ਦੇਖ ਸਕਦੇ ਹੋ ਜਾ ਕੇ ਸੋ ਉਹਦੇ ਵਿੱਚ ਉਹਨਾਂ ਨੇ ਇਨਸਟਰਕਸ਼ਨ ਦਿੱਤੀਆਂ ਹੋਈਆਂ ਨੇ ਕਿ ਜੁਆਇੰਟ ਐਪਲੀਕੇਸ਼ਨ ਫਾਰਮ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਫਿਲ ਕਰਨਾ ਵਾ ਤੇ ਜਿਹੜੇ ਉਹਦੀ ਫੀਸ ਦੇ ਰਿਗਾਰਡਿੰਗ ਉਹਨਾਂ ਨੇ ਦਿੱਤਾ ਹੋਇਆ ਵਾ ਠੀਕ ਆ ਸੋ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਆਪਣੀ ਫੀਸ ਜਿਹੜੀ ਹੋਏਗੀ ਸਬਮਿਟ ਹੋਏਗੀ ਦੇਖੋ ਜੀ ਸਭ ਤੋਂ ਪਹਿਲਾਂ ਨਾ ਜਨਰਲ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਡਿਵਾਈਡਿਡ ਇਨਟੂ 2 ਫੀਸ ਠੀਕ ਆ ਜੀ ਸਭ ਤੋਂ ਪਹਿਲਾਂ ਤੁਸੀਂ ਅਪਲਾਈ ਕਰੋਗੇ ਐਡਿਟ ਕਰ ਸਕਦੇ ਹੋ ਐਪਲੀਕੇਸ਼ਨ ਠੀਕ ਆ ਸੋ ਪਹਿਲੇ ਫੇਸ 'ਚ ਤੁਸੀਂ ਅਪਲਾਈ ਕੀਤਾ ਕਿ ਤੁਸੀਂ ਜਿਹੜੇ ਕੈਂਡੀਡੇਟ ਨੇ ਵਿਲ ਬੀ ਏਬਲ ਟੂ ਓਨਲੀ ਅਪਲਾਈ ਟੂ ਦਾ ਚਾਹੇ ਤੁਸੀਂ ਸਿੰਗਲ ਡਿਪਾਰਟਮੈਂਟ ਦੇ ਵਿੱਚ ਕਰਨਾ ਵਾ ਚਾਹੇ ਤੁਸੀਂ ਮਲਟੀਪਲ ਡਿਪਾਰਟਮੈਂਟ ਦੇ ਵਿੱਚ ਕਰਨਾ ਠੀਕ ਆ ਸੋ ਉਹਦਾ ਜੁਆਇੰਟ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੀ ਹੋਏਗਾ ਸੋ ਪੇਪਰ ਇੱਕ ਹੀ ਹੋਣਾ ਵਾ ਪੇਪਰ ਤੇ ਕੋਈ ਦਿੱਕਤ ਨਹੀਂ ਗੀ ਠੀਕ ਆ ਸੋ ਅਪਲਾਈ ਤੁਸੀਂ ਅਲੱਗ ਅਲੱਗ ਜਦਾਂ ਕਿ 8 ਡਿਪਾਰਟਮੈਂਟ ਨੇ ਠੀਕ ਆ 8ਾਂ ਦੇ ਵਿੱਚੋਂ ਤੁਸੀਂ ਜਿੰਨਾਂ ਦੇ ਵਿੱਚ ਮੰਨ ਲਓ 4ਾਂ 'ਚ ਅਪਲਾਈ ਕਰਨਾ 5ਾਂ 'ਚ ਕਰਨਾ ਜਾਂ 8ਾਂ ਦੇ ਵਿੱਚ ਹੀ ਕਰਨਾ ਸੋ ਉਹਦੇ ਲਈ ਤੁਸੀਂ ਆਪਣਾ ਜੋ ਹੈ ਆਪਣਾ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਹੈ ਉਹ ਤੁਸੀਂ ਕਰ ਸਕਦੇ ਹੋ ਹੁ ਇਹਨਾਂ ਨੇ ਕਿਹਾ ਹੋਇਆ ਵਾ ਜੀ ਅੱਗੇ ਸੀਗਾ ਜੀ ਇਹਦੇ ਲਈ ਪੇਪਰ ਮਤਲਬ ਅਪਲਾਈ ਤੁਹਾਨੂੰ ਕਰਨਾ ਪੈਣਾ ਸਿੰਗਲ ਲਈ ਵੀ ਮਲਟੀਪਲ ਡਿਪਾਰਟਮੈਂਟ ਦੇ ਵਿੱਚ ਵੀ ਠੀਕ ਆ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕੈਂਡੀਡੇਟ ਇਜ਼ ਨਾਟ ਐਡਵਾਈਸਡ ਟੂ ਫਿਲ ਟੂ ਅਪਲੀਕੇਸ਼ਨ ਫਾਰਮ ਦੋ ਅਪਲੀਕੇਸ਼ਨ ਫਾਰਮ ਨਹੀਂ ਤੁਸੀਂ ਭਰਦੇ ਇੱਕ ਪੋਸਟ ਲਈ ਮੰਨ ਲਓ ਕਿ ਇੱਕ ਤੁਸੀਂ ਮੰਨ ਲਓ ਹੈੱਡ ਆਫਿਸ ਲਈ ਤੁਸੀਂ ਇੱਕ ਵਾਰੀ ਫਾਰਮ ਸਬਮਿਟ ਕਰਤਾ ਠੀਕ ਆ ਭਰ ਕੇ ਤਾਂ ਇਦਾਂ ਨਹੀਂ ਕਿ ਹੈੱਡ ਆਫਿਸ ਦੇ ਵਿੱਚ ਹੀ ਤੁਸੀਂ ਦੁਬਾਰਾ ਫੇਰ ਐਪਲੀਕੇਸ਼ਨ ਫਾਰਮ ਉਹ ਕਰੋਗੇ ਠੀਕ ਆ ਸੋ ਇਹ ਨਹੀਂ ਤੁਸੀਂ ਕਰਨਾਗਾ ਇੱਕ ਵਾਰ ਜੇ ਤੁਸੀਂ ਹੈੱਡ ਆਫਿਸ ਦੇ ਵਿੱਚ ਭਰਤਾ ਤੇ ਉਸ ਤੋਂ ਬਾਅਦ ਮੰਨ ਲਓ ਐਗਜ਼ਾਈਜ਼ ਡਿਪਾਰਟਮੈਂਟ ਦੇ ਵਿੱਚ ਆਪਣਾ ਸੀਨੀਅਰ ਅਸਿਸਟੈਂਟ ਦੀਆਂ ਜੋ ਪੋਸਟਾਂ ਨੇ ਤੁਸੀਂ ਉਹਦੇ ਵਿੱਚ ਦੁਬਾਰਾ ਭਰਨਾ ਵਾ ਠੀਕ ਆ ਉਹਦੇ ਵਿੱਚ ਸੇਮ ਦੇ ਵਿੱਚ ਨਹੀਂ ਅਪਲਾਈ ਕਰਨਾਗਾ ਕਿਉਂਕਿ ਜਦੋਂ ਤੁਸੀਂ ਪੀਪੀਐਸਸੀ ਦੀ ਵੈਬਸਾਈਟ ਖੋਲੋਗੇ ਉੱਥੇ ਵੀ ਤੁਹਾਨੂੰ ਦਿਖ ਜੇਗਾ ਕਿ ਕਿੱਦਾਂ ਇਹਦਾ ਹੋ ਰਿਹਾ ਵਾ ਠੀਕ ਆ ਸੋ ਸਾਰਿਆਂ ਲਈ ਅਲੱਗ-ਅਲੱਗ ਅਪਲਾਈ ਦੀ ਆਪਸ਼ਨ ਆ ਰਹੀ ਆ ਠੀਕ ਆ ਬਟ ਜਦੋਂ ਤੁਸੀਂ ਨੋਟੀਫਿਕੇਸ਼ਨ ਖੋਲੋਗੇ ਹੁਣ ਦੇਖੋ ਜੀ ਅੱਗੇ ਉਹਨਾਂ ਨੇ ਕੀ ਕਿਹਾ ਹੋਇਆ ਆ ਜੀ ਪ੍ਰਿੰਟਿੰਗ ਆਫ ਦਾ ਜਿਹੜੀ ਐਪਲੀਕੇਸ਼ਨ ਫਾਰਮ ਐਪਲੀਕੇਸ਼ਨ ਦਾ ਐਗਜ਼ਾਮੀਨੇਸ਼ਨ ਫੀਸ ਦੀ ਹੁਣ ਇਹਦੇ ਬਾਰੇ ਮੈਂ ਤੁਹਾਨੂੰ ਸਮਝਾਉਣਾ ਕਿ ਉਹਨਾਂ ਨੇ ਕੀ ਚੀਜ਼ ਇਹਦੇ ਵਿੱਚ ਮੈਂਸ਼ਨ ਕੀਤੀ ਹੈ ਪਹਿਲਾਂ ਆਪਾਂ ਦੇਖ ਲਈਏ ਕਿ ਫੀਸ ਕਿੰਨੀ ਆ ਸੋ ਦੇਖੋ ਦੋਸਤੋ ਇਹ ਵਾਲੀ ਆਪਣੀ ਲਿਸਟ ਸੀਗੀ ਜਿਹਦੇ ਵਿੱਚ ਟੋਟਲ ਵੈਕੈਂਸੀਸ ਨੇ ਜਿੱਦਾਂ ਕਿ ਆ ਡਿਪਾਰਟਮੈਂਟ ਦੇ ਵਿੱਚ 78 ਵੈਕੈਂਸੀਸ ਨੇ ਸੋ ਇਹ ਅਲੱਗ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਜਿੱਦਾਂ ਕਿ ਡਿਪਾਰਟਮੈਂਟ ਆਫ ਪਬਲਿਕ ਗਰੁੱਪ ਦੇ ਵਿੱਚ ਇੱਥੇ ਕੀਤਾ ਹੋਇਆ ਇਹਨਾਂ ਨੇ ਮੈਂਸ਼ਨ ਇਥੇ ਇਹਨਾਂ ਨੇ ਵਾਟਰ ਸਪਲਾਈ ਦੇ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਕੀਤਾ ਹੋਇਆ ਸੋ ਸਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਵਰ ਕੀਤਾ ਕਿ ਜਿੱਦਾਂ ਕਿ ਆਹ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੈਗੀਆਂ ਸੋ ਸਾਰਿਆਂ ਦੇ ਅਲੱਗ-ਅਲੱਗ ਪੋਸਟਾਂ ਨੇ ਵੱਡੇ ਪੋਸਟ ਇੱਕੋ ਹੀ ਆ ਸੀ ਨਹੀਂ ਰੈਸਿਸਟੈਂਟ ਦੀ ਹੁਣ ਇਹਨਾਂ ਨੇ ਕੀ ਕੀਤਾ ਹੋਇਆ ਜੀ ਇਹਦੇ ਵਿੱਚ ਅਗਰ ਆਪਾਂ ਉਸ ਉਹਦੇ ਅਕੋਰਡਿੰਗ ਅਗਰ ਆਪਾਂ ਦੇਖੀਏ ਕਿ ਇਹਦੇ ਵਿੱਚ ਕਿਸ ਤਰ੍ਹਾਂ ਦਾ ਉਹ ਬਣਦਾ ਸੋ ਆਹ ਸਾਰੀਆਂ ਜੋ ਹੈ ਆਪਣੇ 8 ਡਿਪਾਰਟਮੈਂਟ ਬਣਦੇ ਨੇ ਟੋਟਲ 840 ਹੋ ਰਿਹਾ ਜੁਆਇੰਟ ਐਗਜ਼ਾਮੀਨੇਸ਼ਨ ਠੀਕ ਆ ਸੋ ਨੈਕਸਟ ਆਪਾਂ ਦੇਖਦੇ ਹਾਂ 1 ਮਿੰਟ ਦੇਣਾ ਸੋ ਦੇਖੋ ਜੀ ਆ ਇਹਨਾਂ ਦੀ ਫਾਰਮ ਫੀਸ ਆ ਠੀਕ ਆ ਸੋ ਇਹਨਾਂ ਨੇ ਲਿਖਿਆ ਹੋਇਆ ਕਿ ਆ ਲੈਟਰ ਨੰਬਰ ਦਾ ਐਪਲੀਕੇਸ਼ਨ ਤੇ ਐਗਜ਼ਾਮੀਨੇਸ਼ਨ ਫੀਸ ਇਹ ਅਲੱਗ-ਅਲੱਗ ਹੁੰਦੀ ਆ ਦੇਖੋ ਜੀ ਇਹਦੇ ਚ ਆਨਲਾਈਨ ਐਪਲੀਕੇਸ਼ਨ ਜਿਹੜੀ ਤੁਸੀਂ ਚਾਰਜ ਕਰ ਰਹੇ ਹੋ ਉਹਦੀ ਅਗਰ ਆਪਾਂ ਫੀਸ ਦੀ ਗੱਲ ਕਰੀਏ ਤਾਂ ਆ ਦੇਖੋ ਜੀ ਇਹਨਾਂ ਨੇ ਇੱਥੇ ਫੀਸ ਦਿੱਤੀ ਹੋਈ ਹੈ ਇਹਦੀ ਇਸ ਤਰ੍ਹਾਂ ਫੀਸ ਆ ਠੀਕ ਆ ਸੋ ਨੈਕਸਟ ਇਹ ਲੈਟਰ ਆਇਆ ਸੀ ਉਹਦੇ ਵਿੱਚ ਕਿ ਜਿਹਦੇ ਵਿੱਚ ਕਿ ਇਹ ਵਾਲੀ ਫੀਸ ਜਿਹੜੀ ਮਤਲਬ ਇਹਨਾਂ ਦੀ 500 ਸੀ 2500 ਰੁਪਏ ਐਗਜ਼ਾਮੀਨੇਸ਼ਨ ਫੀਸ ਹੋ ਗਈ ਸੀ ਇਹ 750 ਹੋ ਗਈ ਸੀ ਜਿਹੜੇ ਐਕ ਸਰਵਿਸਮੈਨ ਸੀਗੇ ਉਹਨਾਂ ਦੀ 500 ਫੀਸ ਹੋ ਗਈ ਸੀ ਤੇ ਐਗਜ਼ਾਮੀਨੇਸ਼ਨ ਫੀਸ ਇਹਨਾਂ ਦੀ ਕੋਈ ਨਹੀਂ ਰਹੀ ਸੀ ਠੀਕ ਆ ਹੁਣ ਆਪਾਂ ਦੇਖਾਂਗੇ ਕਿ ਜਿਹੜੇ ਇਹ ਦੂਸਰੇ ਜਿਹੜੇ ਕੈਂਡੀਡੇਟ ਨੇ ਆਪਣੇ ਜਰਨਲ ਕੈਟਾਗਰੀ ਦੀ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਠੀਕ ਆ ਜਰਨਲ ਹੋਗੇ ਸਪੋਰਟਸ ਹੋਗੇ ਤੇ ਵਾਰਡ ਆਫ ਪਰਸਨਲ ਦੇ ਹੁਣ ਇਹਦੇ ਵਿੱਚ ਜੀ ਐਗਜ਼ਾਮੀਨੇਸ਼ਨ ਫੀਸ ਅਗਰ ਆਪਾਂ ਗੱਲ ਕਰੀਏ ਆ ਦੇਖੋ ਜੀ ਹੁਣ ਐਗਜ਼ਾਮੀਨੇਸ਼ਨ ਫੀਸ ਇਹਨਾਂ ਦੋਨਾਂ ਦੇ ਵਿੱਚ ਤਾਂ ਹੈ ਨਹੀਂ ਐਸਸੀ ਕਾਸਟ ਐਸ ਐਸਟੀ ਕਾਸਟ ਤੇ ਬੀਸੀ ਕਲਾਸ ਲਈ ਐਗਜ਼ਾਮੀਨੇਸ਼ਨ ਫੀਸ 250 ਆ ਠੀਕ ਆ 노 ਫੀਸ ਟੂ ਬੀ ਪੇਡ ਇੱਥੇ ਇਹਨਾਂ ਨੂੰ ਐਕਸ ਸਰਵਿਸਮੈਨ ਨੂੰ ਇਹ ਵੀ ਫੀਸ ਪੇ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਇਹਨਾਂ ਨੂੰ ਈਡਬਲਯੂਐਸ ਤੇ ਐਲਡੀ ਈਐਸਐਮ ਹੁੰਦੇ ਨੇ ਜਿਹੜੇ ਇਹਨਾਂ ਲਈ ਵੀ 노 ਫੀਸ ਟੂ ਬੀ ਪੇਡ ਨੇ ਨੈਕਸਟ ਆਗੇ ਸਾਡੇ ਪਰਸਨਲ ਵੈਡ ਪੀਡਬਲਯੂਡੀ ਕੈਂਡੀਡੇਟਾਂ ਇਹਨਾਂ ਨੂੰ ਵੀ ਜ਼ਰੂਰਤ ਨੇਗੀ ਇਹਨਾਂ ਨੂੰ ਜਿਹੜੇ ਜਰਨਲ ਕੈਟਾਗਰੀ ਆ ਇਹਨਾਂ ਨੂੰ 1000 ਰੁਪਏ ਪੇ ਆ ਠੀਕ ਆ ਸੋ ਇਹ ਹੈਗੀ ਆ ਜੀ ਆਪਣੀ ਐਗਜ਼ਾਮੀਨੇਸ਼ਨ ਫੀਸ ਇਹ ਹੈਗੀ ਆ ਜੀ ਆਪਣੀ ਮੰਨ ਲਓ ਐਪਲੀਕੇਸ਼ਨ ਫੀਸ ਦੇਖੋ ਜੀ ਉੱਪਰ ਦਿਖਾਇਆ ਹੋਇਆ ਹੈ ਨਾ ਸੋ ਇਹ ਆਨਲਾਈਨ ਐਪਲੀਕੇਸ਼ਨ ਚਾਰजेस ਨੇ ਆ ਹੈਗੇ ਐਗਜ਼ਾਮੀਨੇਸ਼ਨ ਫੀਸ ਹੁਣ ਇਹਨਾਂ ਨੇ ਕੀ ਕੀਤਾ ਹੋਇਆ ਜੀ ਇਹਦੇ ਵਿੱਚ ਜਿਹੜੇ ਇਹਨਾਂ ਨੇ ਮਾਸਟਰ ਚਲਾਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ ਵਾ ਸੋ ਆਪਾਂ ਦੁਬਾਰਾ ਫੇਰ ਤੁਹਾਨੂੰ ਉਧਰ ਹੀ ਲੈ ਜਾਣੇ ਆ ਸੋ ਤੁਸੀਂ ਇੱਧਰ ਸਮਝ ਚੁੱਕੇ ਹੋ ਠੀਕ ਆ ਸੋ ਦੇਖੋ ਜੀ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ ਤੁਸੀਂ ਇੱਕ ਮਾਸਟਰ ਚਲਾਨ ਇੱਕ ਨਾ ਸਿੰਗਲ ਪੀਡੀਐਫ ਤੁਹਾਡੀ ਹੋਏਗੀ ਚਲਾਨ ਕਾਪੀਸ ਦੀ ਮੰਨ ਲਓ ਤੁਸੀਂ ਅਪਲਾਈ ਕਰ ਰਹੇ ਹੋ 8 ਪੋਸਟਾਂ ਲਈ ਠੀਕ ਆ 8 ਪੋਸਟਾਂ ਲਈ ਅਪਲਾਈ ਕਰਦੇ ਹੋ ਉਹਦੀ ਜਿਹੜੀ ਐਪਲੀਕੇਸ਼ਨ ਫੀਸ ਆ 500 ਰੁਪਿਆ ਆ ਠੀਕ ਆ 500 ਰੁਪਿਆ ਐਪਲੀਕੇਸ਼ਨ ਫੀਸ ਆ ਤੇ 8 8 ਮਤਲਬ ਡਿਪਾਰਟਮੈਂਟਸ ਦੇ ਵਿੱਚ ਤੁਸੀਂ ਅਪਲਾਈ ਕੀਤਾ ਤਾਂ ਇਹ ਹੋ ਗਈ 4000 ਰੁਪਿਆ ਫੀਸ ਬਣ ਗਈ ਤੁਹਾਡੀ ਟੋਟਲ ਫੀਸ ਟੋਟਲ ਤੁਸੀਂ 8 ਡਿਪਾਰਟਮੈਂਟਸ ਦੇ ਵਿੱਚ ਅਪਲਾਈ ਕੀਤਾ ਤਾਂ 4000 ਰੁਪਿਆ ਹੋ ਗਿਆ ਤੁਹਾਡਾ ਠੀਕ ਹੈ ਜਰਨਲ ਕੈਟਾਗਰੀ ਦੀ ਗੱਲ ਕਰਦਾ ਹਾਂ ਤੇ 1000 ਰੁਪਿਆ ਆਪਣਾ ਹੋ ਗਿਆ ਐਗਜ਼ਾਮੀਨੇਸ਼ਨ ਫੀਸ ਕਿਉਂਕਿ ਐਗਜ਼ਾਮੀਨੇਸ਼ਨ ਸਿਰਫ ਸਿੰਗਲ ਹੋਣਾ ਵਾ ਠੀਕ ਹੈ ਜੁਆਇੰਟ ਐਗਜ਼ਾਮੀਨੇਸ਼ਨ ਹੋਣਾ ਤਾਂ ਇਹਦੇ ਲਈ ਅਲੱਗ-ਅਲੱਗ ਫੀਸ ਨਹੀਂ ਪੇ ਕਰਨੀ ਪੈਗੀ ਪਰ ਜਿੰਨੀਆਂ ਵੀ ਐਪਲੀਕੇਸ਼ਨ ਤੁਸੀਂ ਅਪਲਾਈ ਕਰੋਗੇ ਜਿੰਨੀਆਂ ਚਾਹੇ 2 ਕਰੋ 4 ਕਰੋ ਜੇਕਰ ਤੁਸੀਂ 2 ਕਰੋਗੇ ਤਾਂ ਮੰਨ ਲਓ 2000 ਰੁਪਿਆ ਹੋ ਜਾਏਗਾ 1000 ਰੁਪਿਆ ਐਗਜ਼ਾਮੀਨੇਸ਼ਨ ਤੋਂ ਐਗਜ਼ਾਮੀਨੇਸ਼ਨ ਫੀਸ ਜਿਹੜੀ ਜਰਨਲ ਕੈਟਾਗਰੀ ਦੀ ਮੈਂ ਇੱਕ ਐਗਜ਼ੈਂਪਲ ਦੱਤੀ ਆ ਕਿ 1000 ਰੁਪਿਆ ਇੱਥੇ ਹੈਗੀ ਆ ਸੋ 1000 ਰੁਪਿਆ ਤੁਹਾਨੂੰ ਇਹ ਇੱਕ ਵਾਰੀ ਪੇ ਕਰਨੀ ਆ ਇਹਦਾ ਤੁਸੀਂ 5 500 ਜਿੰਨੇ ਵੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਅਪਲਾਈ ਕਰੀ ਜਾਓਗੇ ਉਹਨੇ-ਉਹਨੇ ਪੇ ਕਰਨੇ ਪੈਣੇ ਆ ਤੁਹਾਨੂੰ ਠੀਕ ਆ ਸੋ ਇਹਦੇ ਅਕੋਰਡਿੰਗ ਇਹਨਾਂ ਦੇ ਇਹੀ ਬਣਦਾ ਵਾ ਕਿ ਮਾਸਟਰ ਚਲਾਨ ਦੇ ਅਕੋਰਡਿੰਗ ਸੋ ਜਿਹੜਾ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੋਇਆ ਵਾ ਕਿ ਜਿਹੜਾ ਨਾਲ ਤੁਸੀਂ ਐਪਲੀਕੇਸ਼ਨ ਫੀਸ ਤੇ ਐਗਜ਼ਾਮੀਨੇਸ਼ਨ ਫੀਸ along with the master challan copy ਜਿਹੜੀਆਂ ਮਾਸਟਰ ਚਲਾਨ ਹੋ ਗਿਆ ਇੱਕ ਮਾਸਟਰ ਚਲਾਨ ਹੋ ਗਿਆ ਤੁਹਾਡਾ ਨਾਲ ਜਿਹੜੇ ਜਿਹੜੇ ਡਿਪਾਰਟਮੈਂਟ ਦੀਆਂ ਤੁਹਾਡੀਆਂ ਜਦੋਂ ਤੁਸੀਂ ਪ੍ਰਿੰਟ ਕਰੋਗੇ ਇਹਦੇ ਫਾਰਮ ਨੂੰ ਤਾਂ ਤੁਹਾਨੂੰ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਏਗਾ ਕਿ ਮਾਸਟਰ ਚਲਾਨ ਕਾਪੀ ਦਾ ਇੱਕ ਨਿਕਲੇਗੀ ਉਸ ਤੋਂ ਬਾਅਦ ਤੁਹਾਡੇ ਨਾਲੇ ਨਾਲ ਹੀ ਮਾਸਟਰ ਚਲਾਨ ਕਾਪੀ ਦੇ ਨਾਲ ਹੀ ਤੁਹਾਡੇ ਜਿਹੜੇ ਜਿਹੜੀ ਜਿਹੜੀ ਪੋਸਟ ਲਈ ਤੁਸੀਂ ਅਪਲਾਈ ਕੀਤਾ ਉਹ ਚਲਾਨ ਕਾਪੀਆਂ ਵੀ ਨਾਲ ਹੀ ਨਿਕਲ ਜਾਣਗੀਆਂ ਠੀਕ ਆ ਸੋ ਉਹਦੇ ਨਾਲ ਤੁਹਾਨੂੰ ਉਹ ਸਾਰਾ ਤੁਸੀਂ ਆਪਣੇ ਜਦੋਂ ਬੈਂਕ ਦੇ ਵਿੱਚ ਜਾਓਗੇ ਆਫਲਾਈਨ ਇਹਦੀ ਫੀਸ ਪੇ ਹੋਏਗੀ ਸੋ ਉੱਥੇ ਜਾ ਕੇ ਤੁਹਾਡਾ ਇਹ ਜਮਾ ਹੋਏਗਾ ਸੋ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਕਿਹਾ ਦੇਖੋ ਜੀ ਸਿੰਗਲ ਚਲਾਨ ਪੀਡੀਐਫ ਫਾਈਲ ਆ ਜਿਹੜੀ ਉਹਨੂੰ ਮਾਸਟਰ ਚਲਾਨ ਇਹਨਾਂ ਨੇ ਕਿਹਾ ਤਾਂ ਕੈਂਡੀਡੇਟ ਵਿਲ ਸਬਮਿਟ ਈਚ ਬੈਂਕ ਚਲਾਨ ਜਿੰਨੇ ਵੀ ਬੈਂਕ ਚਲਾਨ ਨੇ ਸਾਰੇ ਤੁਸੀਂ ਮਾਸਟਰ ਚਲਾਨ ਦੇ ਨਾਲ ਸਬਮਿਟ ਕਰਨੇ ਆ ਜੇਕਰ ਤੁਸੀਂ ਮੰਨ ਲਓ ਉਹਨਾਂ ਨੇ ਨਹੀਂ ਕੀਤੇ ਸਬਮਿਟ ਤਾਂ ਉਹਦੇ ਲਈ ਬਾਅਦ ਵਿੱਚ ਉਹਨਾਂ ਦੀ ਕੈਂਡੀਡੇਟ ਰੱਦ ਕਰ ਦੇਣਗੇ ਇਹ ਸੋ ਹੁਣ ਅੱਗੇ ਇਹਨਾਂ ਨੇ ਕੀ ਕੀਤਾ ਹੋਇਆ ਬਾਈ ਥੋੜਾ ਜਿਹਾ ਇਹਨਾਂ ਨੇ ਇਸ ਤਰ੍ਹਾਂ ਇਹ ਆਪਣੇ ਡਾਊਨਲੋਡ ਹੋਏਗੀ ਮਾਸਟਰ ਚਲਾਨ ਜਦੋਂ ਐਪਲੀਕੇਸ਼ਨ ਪ੍ਰਿੰਟ ਕਰੋਗੇ ਤੁਸੀਂ ਹੁਣ ਉਸ ਤੋਂ ਬਾਅਦ ਇਹਨਾਂ ਨੇ ਬਸ ਉਹੀ ਚੀਜ਼ ਲਿਖੀ ਆ ਕਿ ਪ੍ਰਿੰਟ ਚਲਾਨ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਸਾਰੇ ਚਲਾਨ ਨਿਕਲੇ ਆਉਣਗੇ ਹੁਣ ਦੇਖੋ ਜੀ ਆ ਇਹਨੂੰ ਮਾਸਟਰ ਚਲਾਨ ਕਹਿ ਰਹੇ ਨੇ ਉਹ ਸੋ ਮਾਸਟਰ ਚਲਾਨ ਉਹਨੂੰ ਕਹਿ ਰਿਹਾ ਜਿੱਦਾਂ ਕਿ ਤੁਸੀਂ ਆ ਅਪਲਾਈ ਕੀਤਾ ਹੋਆ ਠੀਕ ਆ ਸਾਹ ਬੈਂਕ ਕਾਪੀ ਹੁੰਦੀ ਆ ਦੇਖੋ ਜੀ ਹੁਣ ਇਹਨੂੰ ਸਮਝਾਉਣਾ ਮੈਂ ਤੁਹਾਨੂੰ ਆ ਗਈ ਐਪਲੀਕੈਂਟ ਦੀ ਕਾਪੀ ਠੀਕ ਆ ਸੋ ਆਹ ਕਾਪੀਆਂ ਇਹਨਾਂ ਨੇ ਤੁਹਾਨੂੰ ਦੋਨੇ ਦੇ ਦੇਣੀਆਂ ਨੇ ਆ ਆਪਣੇ ਕੋਲ ਰੱਖ ਲੈਣੀਆਂ ਹੁਣ ਅੱਗੇ ਇਹਨਾਂ ਦਾ ਕੀ ਦੇਖਣਗੇ ਜੀ ਇਹ ਇਹਦੇ ਉੱਤੇ ਸਾਰਾ ਕੁਝ ਕੈਟਾਗਰੀ ਵਾਈਜ਼ ਫੀਸ ਤੁਹਾਡੀ ਦਿੱਤੀ ਹੋਏਗੀ ਠੀਕ ਆ ਸਾਰੀ ਜਿੰਨੀ ਟੋਟਲ ਫੀਸ ਹੋਏਗੀ ਮਾਸਟਰ ਚਲਾਣ ਦੇ ਉੱਤੇ ਤੁਹਾਡੀ ਪੂਰੀ ਟੋਟਲ ਫੀਸ ਮੈਂਸ਼ਨ ਹੋ ਜਾਏਗੀ ਕਿ ਹਾਂ ਇੰਨੀਆਂ ਪੋਸਟਾਂ ਲਈ ਇਹਨਾਂ ਨੇ ਅਪਲਾਈ ਕੀਤਾ ਮੰਨ ਲਓ ਤੁਸੀਂ 8 ਪੋਸਟਾਂ ਲਈ ਅਪਲਾਈ ਕੀਤਾ ਤਾਂ ਇੱਥੇ ਤੁਹਾਡੀ 4000 ਰੁਪਿਆ ਇੱਥੇ ਆਪਣੇ ਸੌਰੀ ਇੱਥੇ ਤੁਹਾਡੀ ਪੂਰੀ ਟੋਟਲ ਫੀਸ ਹੀ ਮੈਂਸ਼ਨ ਹੋਏਗੀ ਜਿਹੜੀ ਟੋਟਲ ਫੀਸ ਹੋਏਗੀ ਮਾਸਟਰ ਚਲਾਣ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਨਾਲ ਵਾਲੇ ਚਲਾਨ ਹੋਣਗੇ ਜਿਹੜੇ ਹੋਰ ਅਦਰ ਚਲਾਨ ਹੋਣਗੇ ਠੀਕ ਆ ਆਲੇ ਅਦਰ ਚਲਾਨ ਹੋਣਗੇ ਠੀਕ ਆ ਜਿਹੜੀ ਜਿਹੜੀ ਪੋਸਟ ਲਈ ਵੀ ਤੁਸੀਂ ਅਪਲਾਈ ਕੀਤਾ ਵਾ ਇਹ ਸਾਰੇ ਤੁਹਾਡੇ ਨਾਲ ਹੋਣਗੇ ਕਿ ਐਪਲੀਕੇਸ਼ਨ ਫੀਸ ਇਹਦੇ ਉੱਤੇ ਮੈਂਸ਼ਨ ਹੋਏਗੀ ਕਿ ਹਾਂ ਐਪਲੀਕੇਸ਼ਨ ਫੀਸ ਜਿਹੜੀ ਹੋਏਗੀ ਕਿਉਂਕਿ ਅਲੱਗ-ਅਲੱਗ ਡਿਪਾਰਟਮੈਂਟ ਦੀ ਅਲੱਗ-ਅਲੱਗ ਆ ਨਾ ਸੋ ਉਹ ਐਪਲੀਕੇਸ਼ਨ ਫੀਸ ਹੈ ਤੇ ਮੈਂਸ਼ਨ ਹੋ ਗਈ ਸੋ ਉੱਪਰ ਮਾਸਟਰ ਚਲਾਣ ਦੇ ਉੱਤੇ ਤੁਹਾਡਾ ਸਾਰਾ ਸਬਮਿਟ ਹੋਏਗਾ ਕਿ ਹਾਂ ਤੁਹਾਡੀ ਟੋਟਲ ਫੀਸ ਕਿੰਨੀ ਬਣੀ ਜਿੰਨੇ ਵੀ ਤੁਸੀਂ ਉਹਦੇ ਲਈ ਅਪਲਾਈ ਕੀਤਾ ਵਾ ਠੀਕ ਆ ਬਾਕੀ ਜਦੋਂ ਤੁਹਾਡਾ ਡਾਊਨਲੋਡ ਹੋਏਗਾ ਤੁਹਾਨੂੰ ਆਪਣੇ ਆਪ ਦੇਖਣ ਲੱਗ ਜਾਏਗਾ ਉਹਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਪ੍ਰੋਸੈਸ ਹੋ ਰਿਹਾ ਵਾ ਸੋ ਇਹ ਅਕੋਰਡਿੰਗ ਟੂ ਥਿਸ ਲੈਟਰ ਦੇ ਹਿਸਾਬ ਦੇ ਨਾਲ ਇਹ ਮਾਸਟਰ ਚਲਾਣ ਤੇ ਇਹਦੇ ਅਕੋਰਡਿੰਗ ਤਾਂ ਇਹੀ ਬਣਦਾ ਵਾ ਕਿ ਤੁਹਾਨੂੰ ਐਪਲੀਕੇਸ਼ਨ ਫਾਰਮ ਆ ਜਿਹੜਾ ਐਪਲੀਕੇਸ਼ਨ ਫੀਸ ਜਿਹੜੀ ਆ ਠੀਕ ਆ ਜੀ ਸੋ ਆਹ ਬਾਰ-ਬਾਰ ਇਹਨਾਂ ਨੇ ਉਹੀ ਚੀਜ਼ ਦਿੱਤੀ ਹੋਈ ਆ ਸੋ ਜਿਹੜੀ ਐਪਲੀਕੇਸ਼ਨ ਠੀਕ ਆ ਜੀ ਐਪਲੀਕੇਸ਼ਨ ਫੀਸ ਤੁਹਾਨੂੰ ਅਲੱਗ-ਅਲੱਗ ਪੇ ਕਰਨੀ ਪੈਣੀ ਆ ਜਿਹੜੀ ਕਿ 500 ਰੁਪਿਆ ਐਪਲੀਕੇਸ਼ਨ ਫੀਸ ਬਣ ਰਹੀ ਆ ਠੀਕ ਆ ਲਗਭਗ ਹਰੇਕ ਕੈਟਾਗਰੀ ਦੀ ਮੇਰੇ ਅਕੋਰਡਿੰਗ ਜਿਹੜੀ ਐਪਲੀਕੇਸ਼ਨ ਫੀਸ ਤਾਂ 500 ਰੁਪਿਆ ਹੈਗੀ ਹੋਈ ਹੈਗੀ ਆ ਸੋ ਜਿਹੜੇ ਦੂਸਰੇ ਕੈਂਡੀਡੇਟ ਨੇ ਜਿਨ੍ਹਾਂ ਦੀ ਘਟ ਨੇ ਉਹ ਆਪਣੀ ਕੈਟਾਗਰੀ ਵਾਈਜ਼ ਦੇਖ ਸਕਦੇ ਨੇ ਸੋ ਕੁਝ ਕੈਂਡੀਡੇਟ ਇਦਾਂ ਦੇ ਨੇ ਕੁਝ ਕੈਟਾਗਰੀ ਐਦੀਆਂ ਨੇ ਜਿਨ੍ਹਾਂ ਦੀਆਂ ਕਿ ਐਗਜ਼ਾਮੀਨੇਸ਼ਨ ਫੀਸ ਜਿਹੜੀ ਕਿ ਜਰਨਲ ਕੈਟਾਗਰੀ სპੋਰਟਸ ਕੈਟਾਗਰੀ ਤੇ ਆਪਣੀ ਦੂਸਰੀ ਕੈਟਾਗਰੀ სპੋਰਟਸ ਕੈਟਾਗਰੀ ਤੇ ਫਰੀडम फाइਟਰ ਕੈਟਾ ਕੁਝ ਜਿਹੜੇ ਪੋਸਟਾਂ ਨੇ ਉਹਦੇ ਵਿੱਚ ਇਹ ਫੀਸ ਘਟਾ ਕਈਆਂ ਦੀ ਨਹੀਂ ਜੀ ਸੋ ਉਹ ਤੁਸੀਂ ਦੇਖ ਸਕਦੇ ਹੋ ਬਟ ਆ ਜਿਹੜੀ ਫੀਸ ਐ ਐਪਲੀਕੇਸ਼ਨ ਫੀਸ ਤੁਹਾਨੂੰ ਹਰੇਕ ਪੋਸਟ ਲਈ ਅਲੱਗ-ਅਲੱਗ ਭਰਨੀ ਪੈਗੀ ਤੇ 1000 ਰੁਪਏ ਜਿਹੜੀ ਫੀਸ ਹੋਏਗੀ ਜਿਹੜੀ ਐਗਜ਼ਾਮੀਨੇਸ਼ਨ ਆ ਵੀ ਜਰਨਲ ਕੈਟਾਗਰੀ ਦੀ ਮੈਂ ਐਗਜ਼ੈਂਪਲ ਦਿੱਤੀ ਹੋਈ ਆ ਇਹ ਵਾਲੀ ਫੀਸ ਤੁਹਾਨੂੰ ਅਲੱਗ ਤੋਂ ਆਪਣੀ ਭਰਨੀ ਪੈਗੀ ਠੀਕ ਆ ਸੋ ਇਹ ਵਾਲੀ ਇੱਕ ਹੋਏਗੀ ਫੀਸ ਤੇ ਇਹ ਵਾਲੀ ਅਲੱਗ-ਅਲੱਗ ਫੀਸ ਹੋਗੀ ਬਸ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਮੰਨ ਲਓ ਆਪਾਂ ਘਟ ਪੋਸਟਾਂ ਦਾ ਇੱਕ ਵਾਰੀ ਐਗਜ਼ੈਂਪਲ ਲੈ ਲੈਂਦੇ ਆ ਦੋ ਪੋਸਟਾਂ ਨੇ ਮੰਨ ਲਓ ਤੁਹਾਡੇ ਤੇ 500 ਰੁਪਏ ਦੋ ਪੋਸਟਾਂ ਦੀ ਐਪਲੀਕੇਸ਼ਨ ਫੀਸ ਤੁਹਾਡੀ 500 500 ਰੁਪਏ 1000 ਰੁਪਏ ਬਣ ਗਈ ਠੀਕ ਆ ਜੀ 1000 ਰੁਪਏ ਤੁਹਾਡੀ ਐਪਲੀਕੇਸ਼ਨ ਫੀਸ ਹੋ ਗਈ ਸੋ ਇਹਨਾਂ ਦਾ ਐਗਜ਼ਾਮ ਤਾਂ ਇੱਕ ਹੀ ਹੋਣਾ ਨਾ ਐਗਜ਼ਾਮ ਨਹੀਂ ਨਾ ਅਲੱਗ-ਅਲੱਗ ਹੋਣੇ ਸੋ ਐਗਜ਼ਾਮੀਨੇਸ਼ਨ ਫੀਸ ਜਿੰਨੀ ਵੀ ਆ ਕਿੰਨੀ ਆ ਐਗਜ਼ਾਮੀਨੇਸ਼ਨ ਫੀਸ ਜਰਨਲ ਕੈਟਾਗਰੀ ਦੀ 1000 ਰੁਪਏ ਸੋ ਕਿੰਨੀ ਬਣ ਗਈ 2000 ਰੁਪਏ ਤੁਹਾਡੀ ਟੋਟਲ ਫੀਸ ਜਿਹੜੀ ਮਾਸਟਰ ਚਲਾਨ ਤੁਸੀਂ ਪੇ ਕਰੋਗੇ ਉਹਦੇ 'ਚ 2000 ਰੁਪਏ ਫੀਸ ਸ਼ੋ ਕਰੂਗੀ ਸੋ ਉਹ ਤੁਸੀਂ ਪੇ ਕਰੋਗੇ 2000 ਰੁਪਏ ਹੁਣ ਤੁਸੀਂ ਇੱਕ ਚੀਜ਼ ਹੋਰ ਦੇ ਇਹਨਾਂ ਨੇ ਕਿੰਨੀ ਗਲਤ ਗੱਲ ਕੀਤੀ ਆ ਕਿ ਜੇਕਰ ਤੁਸੀਂ ਇੱਕ ਪੋਸਟ ਆ ਤੁਹਾਡੀ ਹਨਾ ਤੁਹਾਨੂੰ ਪਤਾ ਵੀ ਸੀਨੀਅਰ ਅਸਿਸਟੈਂਟ ਆ ਤੁਸੀਂ ਆਪਦੀ ਪ੍ਰੀਫਰੈਂਸ ਸੈੱਟ ਕਰ ਲਓ ਜਿੱਦਾਂ ਕਿ ਦੂਸਰੇ ਡਿਪਾਰਟਮੈਂਟ ਜਿੱਦਾਂ ਕਿ ਕਲਰਕ ਪੀਟਰਪਲਸ ਵੀ ਕਲਰਕ ਚ ਹੋਇਆ ਸੀ ਐਗਜ਼ਾਈਜ਼ ਦੇ ਵਿੱਚ ਹੋਇਆ ਸੀ ਕਿ ਉਹਦੇ ਵਿੱਚ ਉਹਨਾਂ ਨੇ ਪ੍ਰੀਫਰੈਂਸ ਸੈੱਟ ਕਰਵਾ ਲਈ ਸੀ ਜਦ ਤੁਸੀਂ ਐਗਜ਼ਾਮ ਇੱਕ ਲੈ ਰਹੇ ਹੋ ਠੀਕ ਆ ਐਗਜ਼ਾਮ ਇੱਕ ਲੈ ਰਹੇ ਹੋ ਫਿਰ ਤੁਸੀਂ ਫੀਸ ਅਲੱਗ-ਲੱਗ ਐਪਲੀਕੇਸ਼ਨ ਫੀਸ ਅਲੱਗ-ਲੱਗ ਕਿਉਂ ਲੈ ਰਹੇ ਹੋ ਠੀਕ ਹੈ ਤੁਸੀਂ ਪ੍ਰੀਫਰੈਂਸ ਸੈੱਟ ਕਰਨ ਦਾ ਮਤਲਬ ਬੰਦਾ ਨਾ ਜਦੋਂ ਜਦੋਂ ਉਹਦੀ ਹਰੇਕ ਲਈ ਸੀਨੀਅਰ ਅਸਿਸਟੈਂਟ ਦਾ 21 ਪੋਸਟ ਆ ਨਾ ਡਿਪਾਰਟਮੈਂਟ ਦਾ ਅਲੱਗ-ਅਲਗਾ ਹੁਣ ਜਿੱਦਾਂ ਕਲਰਕ ਲਗਾ ਲਓ ਕਲਰਕ ਦੇ ਦਾ ਕਿੰਨੇ 30 ਡਿਪਾਰਟਮੈਂਟ ਹੁੰਦੇ ਨੇ ਕਲਰਕ ਦੇ ਉਹਦੇ ਲਈ ਇਹਦਾ ਮਤਲਬ ਉਹ ਹੋ 30-30 ਅਲੱਗ-ਅਲਗ ਡਿਪਾਰਟਮੈਂਟ ਦੇ ਵਿੱਚ ਫਿਲ ਕਰਵਾਉਂਦੇ ਆ ਨਹੀਂ ਕਰਵਾਉਂਦੇ ਨਾ ਉਹ ਇੱਕ ਸਿੰਗਲ ਦੇ ਵਿੱਚ ਕਰਵਾ ਰਹੇ ਆ ਫਿਲ ਸੋ ਇਹਦੇ ਲਈ ਵੀ ਇਹਨਾਂ ਨੂੰ ਇੱਕ ਸਿੰਗਲ ਦੇ ਵਿੱਚ ਫਾਰਮ ਫਿਲ ਕਰਵਾਉਣਾ ਚਾਹੀਦਾ ਸੀਗਾ ਸੋ ਇਹਨਾਂ ਦੀ ਬਹੁਤ ਹੀ ਵੱਡੀ ਆ ਆਪਾਂ ਕਹਿ ਸਕਦੇ ਆ ਕਿ ਇਹ ਲੁੱਟ ਮਚਾਈ ਹੋਈ ਆ ਇਹਨਾਂ ਨੇ ਤੁਸੀਂ ਖੁਦ ਦਾ ਹੈ ਨਹੀਂ ਆ 198 ਪੋਸਟਾਂ ਨੇ 198 ਪੋਸਟਾਂ ਦੇ ਵਿੱਚ ਤੁਸੀਂ ਉਹ ਵੀ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਤੁਸੀਂ 8 ਡਿਪਾਰਟਮੈਂਟ ਦੇ ਵਿੱਚ ਉਹ ਕਰਕੇ ਤੇ ਤੁਸੀਂ 5-500 ਰੁਪਿਆ ਅਲੱਗ ਤੋਂ ਐਪਲੀਕੇਸ਼ਨ ਦੀ ਡਿਮਾਂਡ ਕਰ ਰਹੇ ਹੋ ਤਾਂ ਸੋ ਇਹ ਬਹੁਤ ਹੀ ਜ਼ਿਆਦਾ ਮੇਰੇ ਅਕੋਰਡਿੰਗ ਇਹਦੇ ਨੂੰ ਲੈ ਕੇ ਪੀਪੀਐਸਸੀ ਦੇ ਸਰਕਾਰ ਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਵਾ ਕਿ ਇਸ ਟਾਈਮ ਦੇ ਉਤੇ ਬੇਰੋਜ਼ਗਾਰੀ ਵੀ ਇੰਨੀ ਵਧੀ ਹੋਈ ਆ ਤੇ ਇਸ ਟਾਈਮ ਦੇ ਉੱਤੇ ਕੋਈ ਇਦਾਂ ਵੀ ਨਹੀਂ ਕਿ ਨੌਕਰੀ ਮਹਿੰਗਾਈ ਵੀ ਆ ਸੋ ਉਹਦੇ ਨਾਲ ਨਾਲ ਤੁਸੀਂ ਇੰਨੀ ਜ਼ਿਆਦਾ ਫੀਸ ਪੇ ਕਰ ਰਹੇ ਹੋ ਫੀਸ ਲੈ ਰਹੇ ਹੋ ਸੋ ਫੀਸ ਘਟਾਈ ਦਾ ਕੀ ਫਾਇਦਾ ਹੋਇਆ ਪਿਛਲੀ ਵਾਰ ਇਹਨਾਂ ਦੀ 3000 ਰੁਪਏ ਫੀਸ ਸੀਗੀ ਸੋ ਇਹਨਾਂ ਨੇ ਫੀਸ ਘਟਾ ਦਿੱਤੀ ਹੁਣ ਫੀਸ ਘਟਾ ਦਿੱਤਾ ਮਤਲਬ ਇਹ ਥੋੜੀ ਆ ਕਿ ਤੁਸੀਂ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਅਲੱਗ-ਅਲੱਗ ਤੁਸੀਂ ਐਪਲੀਕੇਸ਼ਨ ਫੀਸ ਲਓਗੇ ਠੀਕ ਆ ਸੋ ਇਹ ਬਹੁਤ ਗਲਤ ਚੀਜ਼ ਆ ਤੁਸੀਂ ਜੇਕਰ ਹੋ ਸਕੇ ਤਾਂ ਪੀਪੀਐਸਸੀ ਨੂੰ ਮੇਲ ਵਗੈਰਾ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਸੋ ਮੇਰੀ ਇੱਕ ਮੇਲ ਕੀਤੀ ਹੋਈ ਆ ਪੀਪੀਐਸਸੀ ਨੂੰ ਇੱਕ ਮੇਲ ਕੀਤੀ ਹੋਈ ਆ ਕਿ ਇਹਦੇ ਵਿੱਚ ਜਿਹੜੇ ਇਹਨਾਂ ਦੇ ਬੈਂਕ ਦੇ ਚਲਾਨ ਦੇ ਅਕੋਰਡਿੰਗ ਹੈ ਜਿਹੜੀ ਇਹਨਾਂ ਨੇ ਮਾਸਟਰ ਚਲਾਨ ਦੇ ਅਕੋਰਡਿੰਗ ਦਾ ਇਹੀ ਚੀਜ਼ ਬਣਦੀ ਆ ਕਿ ਐਪਲੀਕੇਸ਼ਨ ਫਾਰਮ ਦੀ ਫੀਸ ਤੁਹਾਨੂੰ ਅਲੱਗ-ਅਲੱਗ ਪੇ ਕਰਨੀ ਪੈਗੀ ਤੇ ਐਗਜ਼ਾਮ ਫੀਸ ਤੁਹਾਡੀ ਸਿੰਗਲ ਹੋ ਜੇਗੀ ਠੀਕ ਆ ਸੋ ਸਿੰਗਲ ਜਿਹੜੀ 1000 ਰੁਪਿਆ ਫੀਸ ਜਿਹੜੀ ਕੈਟਾਗਰੀ ਦੀ ਬਣਦੀ ਆ ਸੋ ਬਾਕੀ ਆਪਾਂ ਨੂੰ 100% ਕਿਉਂਕਿ ਬਾਕੀ ਲਗਭਗ ਵੈਸੇ ਮੇਰੇ ਅਕੋਰਡਿੰਗ ਇਹ ਸ਼ੋਰ ਆ ਸੋ ਅਗਰ ਥੋੜਾ ਬਹੁਤ ਡਾਊਟ ਹੋਇਆ ਵੀ ਤਾਂ ਮੈਂ ਵੀ ਇੱਕ ਮੇਲ ਕੀਤੀ ਹੋਈ ਆ ਤੁਸੀਂ ਵੀ ਜ਼ਰੂਰ ਪੀਪੀਐਸਸੀ ਨੂੰ ਇੱਕ ਮੇਲ ਕਰਕੇ ਪੁੱਛ ਸਕਦੇ ਹੋ ਸੋ ਮੇਰੀ ਮੇਲ ਕੀਤੀ ਹੋਈ ਆ ਅਗਰ ਉਹਨਾਂ ਦਾ ਰਿਵਰਟ ਆਉਂਦਾ ਤਾਂ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਜਾਂ YouTube ਦੇ ਉੱਤੇ ਹੀ ਇੱਕ ਆਪਣੀ ਕਮਿਊਨਿਟੀ ਟਾਈਪ ਦੇ ਵਿੱਚ ਇੱਕ ਪੋਸਟ ਪਾ ਦਾਂਗਾ ਕਿ ਉਹਨਾਂ ਦਾ ਕੀ ਰਿਪਲਾਈ ਆਉਂਦਾ ਵਾ ਕਿ ਐਪ ਜਿੰਨੀਆਂ ਮਰਜ਼ੀ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰੋ ਸੇਮ ਸਿੰਗਲ ਪੀ ਫੀਸ ਹੀ ਰਹੇਗੀ ਠੀਕ ਆ ਸੋ ਸਾਰਾ ਆਪਾਂ ਨੂੰ ਬਾਅਦ ਵਿੱਚ ਪਤਾ ਲੱਗ ਜਾਏਗਾ ਪੂਰਾ 100% ਸ਼ੋਰ ਹੋ ਜਾਏਗਾ ਸੋ ਇਹਦੇ ਅਕੋਰਡਿੰਗ ਜਿਹੜੀ ਇਹਨਾਂ ਨੇ ਇਹ ਦਿੱਤੀ ਹੋਈ ਆ ਠੀਕ ਆ ਇਹਦੇ ਅਕੋਰਡਿੰਗ ਤਾਂ ਇਹੀ ਬਣਦਾ ਵਾ ਕਿ ਅਲੱਗ-ਅਲੱਗ ਜੇਕਰ ਤੁਸੀਂ ਉਹਨਾਂ ਨੇ ਅਲੱਗ-ਅਲੱਗ ਮਾਸਟਰ ਚਲਾਨ ਮੰਗ ਰਹੇ ਆ ਤੁਹਾਡੇ ਤੋਂ ਅਲੱਗ-ਅਲੱਗ ਸਿੰਗਲ ਬੈਂਕ ਚਲਾਨ ਪੀਡੀਐਫ ਵੀ ਮੰਗ ਰਹੇ ਆ ਆ ਦੇਖੋ ਜੀ ਸਾਬ ਦੱਸਦਾ ਕਿ ਐਪਲੀਕੇਸ਼ਨ ਫਾਰਮ ਅਸੀਂ ਰਿਜੈਕਟ ਕਰ ਦਾਂਗੇ ਜੇਕਰ ਤੁਸੀਂ ਇਦਾਂ ਨਹੀਂ ਕੀਤਾ ਦੇਖੋ ਕੈਂਡੀਡੇਚਰ ਆਫ ਦਾ ਕੈਂਡੀਡੇਟ ਆਫ ਦਾ 올 ਦਾ ਸਬਮਿਟ ਬੈਂਕ ਚਲਾਨ ਸਾਰੇ ਬੈਂਕ ਸਬਮਿਟ ਚਲਾਨ ਜੇ ਉਹ ਮੰਗ ਰਹੇ ਨੇ ਇਹਦਾ ਮਤਲਬ ਐਪਲੀਕੇਸ਼ਨ ਫੀਸ ਅਲੱਗ-ਅਲੱਗ ਮੰਗਣਗੇ ਹੋ ਠੀਕ ਆ ਸੋ ਨਹੀਂ ਤਾਂ ਉਹਨਾਂ ਨੇ ਸਿੰਪਲ ਇੱਕ ਚਲਾਨ ਕਹਿਣਾ ਸੀ ਵੀ ਇੱਕ ਚਲਾਨ ਤੁਸੀਂ ਇੱਕ ਚੀਜ਼ ਨੇ ਮ ਜੋ ਤੁਸੀਂ ਅਪਲਾਈ ਕੀਤਾ ਹੋਇਆ ਉਹਦੇ ਲਈ ਆਪਾਂ ਨੂੰ ਅਲੱਗ-ਅਲੱਗ ਫੀਸ ਜਿਹੜੀ ਆ 500 ਰੁਪਏ ਜਿਹੜੀ ਫੀਸ ਆ ਇਹਨਾਂ ਦੀ ਐਗਜ਼ਾਮੀਨੇਸ਼ਨ ਫੀਸ ਜਿਹੜੀ ਆਪਣੀ ਐਪਲੀਕੇਸ਼ਨ ਫੀਸ ਆ ਉਹ ਇਹ ਲੈ ਰਹੇ ਨੇ ਸੋ ਇਹ ਬਹੁਤ ਗਲਤ ਆ ਸੋ ਜਦ ਵੀ ਇਹਨਾਂ ਦਾ ਰਿਪਲਾਈ ਆਉਂਦਾ ਵਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾਗਾ ਸੋ ਤੁਸੀਂ ਵੀ ਕੋਸ਼ਿਸ਼ ਕਰੋ ਆਪਣਾ ਟਵੀਟ ਵਗੈਰਾ ਕਰਕੇ ਦੇਖੋ ਕਿ ਇਹ ਇੱਕ ਹੋਣਾ ਚਾਹੀਦਾ ਵਾ ਸੋ ਇਹਦੀ ਫੀਸ ਇੱਕ ਹੋਣੀ ਚਾਹੀਦੀ ਆ ਜਦ ਇੱਕ ਪੇਪਰ ਆ ਜਦ ਇੱਕ ਹੀ ਲੈਵਲ ਦੀ ਪੋਸਟ ਆ ਇੱਕ ਹੀ ਨੇਚਰ ਦੀ ਪੋਸਟ ਆ ਸੇਮ ਟੂ ਸੇਮ ਕੋਈ ਅਲੱਗ ਵੀ ਨਹੀਂ ਕੀ ਸਰਵ ਡਿਪਾਰਟਮੈਂਟ ਵੱਖਰੇ ਆ ਸੋ ਬਹੁਤ ਗਲਤ ਇਹਨਾਂ ਨੇ ਇਹ ਚੀਜ਼ ਜਦੋਂ ਵੀ ਰਿਵਰਟ ਹੁੰਦਾ ਵਾ 100% ਆਪਾਂ ਨੂੰ ਕਨਫਰਮੇਸ਼ਨ ਹੁੰਦੀ ਹੈ ਇਹਦੀ ਠੀਕ ਹੈ ਉਸ ਤੋਂ ਬਾਅਦ ਦੇਖਾਂਗੇ ਕਿ ਕੀ ਕਰਨਾ ਵਾ ਠੀਕ ਹੈ ਜੀ ਸੋ ਧੰਨਵਾਦ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਹੋਰ ਅਪਡੇਟ ਤੇ ਜੀਕੇ ਦੀ ਤਿਆਰੀ ਲਈ ਤੁਸੀਂ ਆਪਣੀ ਪਲੇਲਿਸਟ ਦੇ ਵਿੱਚ ਜਾ ਕੇ ਆਪਣੀਆਂ ਵੀਡੀਓਜ਼ ਚੈੱਕ ਕਰ ਸਕਦੇ ਹੋ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਆਪਾਂ ਤਿਆਰੀ ਕਰਵਾ ਰਹੇ ਹਾਂ ਠੀਕ ਹੈ ਸੋ ਪੀਡੀਐਫ ਜਿਹੜੀ ਆਪਣੀ ਟੈਲੀਗ੍ਰam ਚੈਨਲ ਦੇ ਉੱਤੇ ਆਪਾਂ ਨਾਲੇ ਨਾਲ ਸ਼ੇਅਰ ਕਰ ਦਿੰਦੇ ਹਾਂ ਤੁਹਾਡਾ ਮਨਾਂ ਤਾਂ ਤੁਸੀਂ ਪੀਡੀਐਫ ਤੋਂ ਪੜ੍ਹ ਲਓ ਤੁਹਾਡਾ ਮਨਾਂ ਤਾਂ ਤੁਸੀਂ ਵੀਡੀਓ ਲੈਕਚਰ ਦੇਖ ਕੇ ਬਾਅਦ ਵਿੱਚ ਪੀਡੀਐਫ ਤੋਂ ਪੜ੍ਹ ਸਕਦੇ ਹੋ ਠੀਕ ਹੈ ਜੀ ਸੋ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਸੋ ਇਹਦਾ ਜਦੋਂ ਵੀ ਰਿਪਲਾਈ ਆਉਂਦਾ ਵਾ ਇਹਦਾ ਮੇਲ ਦਾ ਮੈਨੂੰ ਜਦੋਂ ਵੀ ਰਿਵਰਟ ਆਏਗਾ ਸੋ ਨਾਲ ਹੀ ਮੈਂ ਤੁਹਾਨੂੰ ਅਪਡੇਟ ਕਰ ਦਾਂਗਾ ਕਿ ਇਹ ਸੇਮ ਟੂ ਸੇਮ ਮੇਰੇ ਅਕੋਰਡਿੰਗ ਇਹ ਇਸੇ ਤਰ੍ਹਾਂ ਹੋਏਗਾ ਠੀਕ ਹੈ ਜੀ ਸੋ ਧੰਨਵਾਦ ਜੀ